ਕਰ ਰਹੇ ਵਰਕਰ ਸਾਹਿਬਾਨ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਬਲਾਕ ਸਮਿਤੀ ਦੇ ਮੈਂਬਰ, ਸਾਡੇ ਪ੍ਰਧਾਨ ਜੀ ਅਰਦਾਸ ਤੋਂ ਸਮੁੱਚੇ ਉਹਨਾਂ ਐਮ ਸੀ ਸਾਹਿਬਾਨ, ਯੂਥ ਅਕਾਲੀ ਦਲ ਦੇ ਵਰਕਰ ਸਾਹਿਬਾਨ, ਸਰਪੰਚ ਸਾਹਿਬ, ਮੈਂਬਰ ਸਾਹਿਬਾਨ, ਇੱਥੇ ਸਤਰ ਵਿਸਤਾਰ ਚੁੱਕ ਮੇਰੀਆਂ ਮਾਵਾਂ ਭੈਣਾਂ ਬਜ਼ੁਰਗੋ, ਸਰਕਾਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦਾ ਫਰਮਾਨ ਹੈ, ਜਿਸ ਤਰ੍ਹਾਂ ਲਾਗੇ ਸੋਈ ਜਾਣੇ ਕੌਣ ਜਾਣੇ ਪੀਰ ਪੜਾਏ। ਗੱਲਾਂ ਕਰਨੀਆਂ ਬੜੀਆਂ ਸਕਲੀਆਂ ਨੇ, ਪਰ ਅਮਲੀ ਜਾਮੇ ਬਣਾਉਣੇ ਬਾਣੀ ਦੇ ਬਹੁਤ, ਬਾਣੀ ਦੇ ਬਹੁਤ ਅਲਾਈ ਤੇ ਦਰਗਾਹੀ ਗੱਲਾਂ ਨੇ। ਕੋਈ ਆਪਾਂ ਇਨਸਾਨ ਹੀ ਬਣ ਗਏ ਬੜੀ ਵੱਡੀ ਗੱਲ ਹੈ, ਆਪਣੇ ਵੱਧ ਦੇ ਜਬਾਨ ਤੇ ਖੋਜਿਆ ਕਰੀਏ ਬੜੀ ਵੱਡੀ ਗੱਲ ਹੈ। ਉਹਨੂੰ ਵਿੱਚ ਕਿਵੇਂ ਲਿਆਉਂਦੇ ਹਾਂ? ਉਹਦੇ ਕੋਲ ਆਪਾਂ ਹਮੇਸ਼ਾ ਦਾਤਾ ਮੰਗਣੀ ਆ, ਦਾਤਾ ਦੇਣ ਵਾਲਾ ਹੈ। ਉਹਦਾ ਕੀ ਆ? ਉਹਨੇ ਨੇ ਆਪਾਂ ਬੋਲਦੇ ਹਾਂ ਮੈਸੇਜਾਂ ਦੇ ਸਾਹਿਬ ਹੱਥ ਵਡਿਆਈਆਂ ਜਿਸ ਭਾਗ ਦੇ ਨਹੀਂ, ਸਾਡੇ ਕਰਮਾਂ 'ਚ ਵਡਿਆਈ ਪਾੜਾ ਮੰਨੋ, ਸੱਚ ਨੂੰ ਮੰਨੋ। ਤੇ ਜਿਹੜੀਆਂ ਕਮਜ਼ੋਰੀਆਂ ਆ, ਤਾੜੀ ਦੋ ਹੱਥਾਂ ਨਾਲ ਵੱਜਦੀ, ਇੱਕ ਨਾਲ ਨਹੀਂ ਵੱਜਦੀ। ਐਮ ਐਲ ਏ ਦੇ ਗਰਮ ਆ, ਐਮ ਐਲ ਏ ਦੇ ਪਿਓ ਨੂੰ ਨਹੀਂ ਗਲਾ ਕਰਦੇ, ਮਾਂ ਨੂੰ ਤੇ ਭਰਾ ਨੂੰ। ਤੁਹਾਨੂੰ ਕਹਿੰਦੀ ਹੁੰਦੀ ਤੇ ਮੈਂ ਕਹਿੰਦਾ ਤਗੀ ਦੇ ਦਾ ਅਫਸਰਾਂ ਦਾ ਗੁਜ਼ਾਰ ਕਰਦਾ। ਇਹਦਾ ਗਰਮ ਹੁੰਦਾ ਵਾ ਤੇ ਤੁਹਾਡੇ ਬਤੌਰ ਹੁੰਦਾ ਵਾ, ਕੋਈ ਮੇਰੇ ਮਾਂ ਭਰਾ ਸਾਨੂੰ ਤੇ ਹੱਥਾਂ ਚੁੱਕ ਨਹੀਂ ਹੋ ਸਕਦਾ। ਸਾਨੂੰ ਤੇ ਪੈਸੇ ਵੀ ਦੇਂਦੇ ਟੈਸੀ ਭਰ ਭਰ, ਤਾਂ ਟੈਸੀ ਹਰ ਮਹੀਨੇ ਲਿਆ ਕਰ। ਅੱਜ ਜੇ ਗਰਾਂਟਾਂ ਵਰਤਾ ਮੈਨੂੰ, ਆਹ ਬਿਗੜੀ ਜਿਹੜੇ ਪੈਸੇ ਦਿੰਦੇ ਸੀ ਤੁਹਾਡੀਆਂ ਗਰਾਂਟਾਂ ਦੇ, ਆਹ 20% 25% ਤੂੰ ਲੈ ਲਿਆ ਕਰ, ਇਸ ਤਰ੍ਹਾਂ ਹੀ ਸਿਸਟਮ ਚੱਲ ਰਹੇ ਆ। ਪਰ ਮੈਂ ਧਾਰ ਦੀ ਮਾਰੀ ਆ, ਬਾਬਾ ਜਾਣਦਾ ਜੇ ਸਾਡਾ ਪਰਿਵਾਰ ਜਾਂ ਮੇਰੀ ਆਪ ਮਰ ਜਾਂਦੀ, ਤੇ ਜੂਗੇ ਦੱਸ ਦੋ ਵੀ ਸਾਰੇ ਬੈਠੇ ਜੀ ਤੇ ਜਿੰਨੇ ਬੈਠੇ। ਜੇ ਕਿਸੇ ਦੇ ਕਬਜ਼ੇ ਕਰਾਏ ਆ, ਜੇ ਮੈਂ ਕਿਸੇ ਦਾ ਕੰਮ ਕਰਾਇਆ, ਕੋਈ ਦੱਸ ਦੋ ਇਹ ਦੁਕਾਨੀ ਦੁਕਾਨੀ ਥਾਂ ਕੋਈ ਢੇਡੇ ਦੇ ਵੀ ਤੁਹਾਡੇ ਬਰਵਾਦਾਰ ਹੋ ਆਵਾਂਗੇ। ਸਿਰਫ ਇਹ ਆਪਣੇ ਕਰਮਾਂ 'ਚ ਵਡਿਆਈ ਨਹੀਂ, ਉਹ ਕਹਿੰਦੇ ਨਾ ਹਵਾ ਨੂੰ ਵੀ ਦਾੜੀ ਕਿਉਂ ਹਿਲਦੀ ਆ, ਹੁਣ ਤਾਂ ਸਾਰੇ ਉੱਧਰ ਤੁਰ ਪਏ। ਆਸਾ ਜੀ ਸੂਰਾ ਸੋ ਪਹਿਚਾਨੀਏ, ਜੋ ਲੜੇ ਜੀਣ ਕੇ ਹੇਤ, ਉਰਜਾ ਪੁਰਜਾ ਕੱਟ ਮਿਲਿਆ ਕਬੂ ਨਸ਼ਾ ਦੇ ਜੀਣ ਕੇ। ਉਹ ਜੇ ਹਾਰ ਗਏ ਆ, ਉਹ ਮਰੇ ਜਿਹੜੇ ਜੀਂਦੇ ਆ, ਜੇ ਬਣਾਉਂਦੇ ਕਿਉਂ ਹੋ ਜੇ? ਤੁਹਾਡੀਆਂ ਸਰਕਾਰਾਂ, ਆ ਸੈਂਟਰ ਤੁਹਾਡਾ, ਦਿੱਲੀ ਤੁਹਾਡਾ ਆ, ਇਹ ਕੀ ਆ 29 ਸੂਬੇ ਨੇ? 29 ਸੂਬਿਆਂ 'ਚੋਂ ਕਿੰਨੀਆਂ ਕਿੰਨੇ ਜਗ੍ਹਾ ਆਪਣੀ ਸਰਕਾਰ ਹੈ ਜੀ? ਸਿਰਫ 4 ਸੂਬੇ ਹਿੰਦੁਸਤਾਨ 'ਚ ਨੇ ਕਾਂਗਰਸ ਕੋ, ਆ ਉਹ ਵੀ ਹੋ ਲੈਣੇ ਆਪਾਂ ਘਬਰਾਉਣਾ, 25 ਆਪਣੇ ਆ, ਤੇ ਕੋਈ ਓਦਾਂ ਹੀ ਰੋਈ ਜਾਂਦੇ ਬਈ? ਫੇਰ ਕੀ ਆ, ਦਾਦੇ ਪੋਤੇ ਦੀਆਂ ਗਰੜੀਆਂ ਆ, ਇਹ ਕਿਹੜੇ ਘੁੰਮਦੇ ਮਿਲਦੇ ਨੇ? ਆਹ ਤੁਰੀ ਤੁਰਾਂ ਦੇਖਣਾ ਤੁਰ ਗਈਆਂ ਵਿੜ ਲਈਆਂ। ਅੱਜ ਤੁਹਾਡੇ ਵਕੀਲ ਨੂੰ ਹਲੇ ਹੜਿਆ, ਉਹਨੇ ਜੋ ਕੀਤਾ ਫੈਸਲਾ ਦੇਖ ਰਹੀ ਜੇ, ਉਹਦਾ ਫੈਸਲਾ ਮੰਨਿਆ ਬਾਬੇ ਦਾ, ਜੋ ਤੂੰ ਕੀਤਾ ਚੰਗਾ ਕੀਤਾ, ਇਹ ਸਾਡਾ ਭੜਾ ਹੈ। ਤੇ ਖਾਲਸਾ ਜੀ ਕਿਸੇ ਗਲਤੀਆਂ ਦੀ ਗੱਲ ਆ, ਗਲਤੀਆਂ ਮੇਰੇ ਕੋਲ ਵੀ ਹੋਈਆਂ, ਮੈਂ ਵੀ ਸੁਧਾਰੂ, ਤੇ ਗਲਤੀਆਂ ਤੁਹਾਡੇ ਕੋਲ ਵੀ ਆਈਆਂ, ਜੇ ਤੁਸੀਂ ਵੀ ਸੁਧਰੋ, ਜੇ ਸੁਧਰ ਸਕਦੇ ਮੈਂ ਵੀ ਸੁਧਾਰੂ। ਗਲਤੀਆਂ ਤੁਹਾਨੂੰ ਮੰਨੀਆਂ ਹੋਈਆਂ, ਜੇ ਤੁਸੀਂ ਕਿਤੇ ਠੰਡਾ ਆ ਜਾ, ਮੈਂ ਤੂੰ ਵੇਖਿਆ ਹੋਣਾ ਆਪਣੇ ਬਾਬੂ ਨੂੰ, ਉਹ ਠੰਡਾ ਜੀ, ਉਹ ਦੱਸੋ ਮੈਨੂੰ ਤਰੀ, ਜੇ ਤੁਸੀਂ ਠੰਡਾ ਵੇਖਣਾ ਚਾਹੁੰਦੇ, ਮੈਂ ਠੰਡਾ ਚੱਲਣਾ, ਜੇ ਤੁਹਾਨੂੰ ਵੇਖਣਾ ਕਿ ਇਸ ਇਹ ਤੇ ਇੱਕ ਹੱਥ ਹੈ, ਇੱਕ ਹੱਥ ਦੇ। ਆਸਾ ਜੀ ਬਾਣੀ ਦਾ ਫਰਮਾਨ ਆ, ਜ਼ੁਲਮ ਕਰਨਾ ਵੀ ਪਾਪ, ਤੇ ਜ਼ੁਲਮ ਸਹਿਣ ਵਾਲਾ ਵੀ ਪਾਪੀ ਹੋਣਾ ਚਾਹੀਦਾ, ਪਾਪੀ। ਅਤੇ ਮੈਂ ਤੇ ਬੇਨਤੀ ਕਰਾਂਗਾ, ਆ ਮੈਨੂੰ ਮੇਰੇ ਪਿਤਾ ਜੀ ਦੱਸਦੇ, ਡਾਕਟਰ ਸਾਹਿਬ ਬਜ਼ੁਰਗ ਮੇਰੇ, ਕਿ ਜਦੋਂ ਜਦੋਂ ਸੂਬੀ ਸਾਹਿਬ ਬੈਠੇ ਨੇ, ਪੁਰਾਣੇ ਬੰਦੇ ਬੈਠੇ, ਸਤਿੰਦਰ ਸਿੰਘ ਹੋਣੀ ਸਾਰੇ ਬੈਠੇ ਨੇ, ਤੇ ਕਹਿੰਦੇ ਜਦੋਂ ਮੈਂ ਪਹਿਲੀ ਵਾਰੀ 85 'ਚ ਬਣਿਆ, ਤੇ ਮੇਰੇ ਸਿਰ 3 ਸਰਪੰਚ ਸੀ, ਜਿੱਦਾਂ ਮਾਹ ਸਾਹਿਬ ਉੱਠ ਕੇ ਕਹੇ ਆ ਕਿ 20,000 ਤੇ ਜਿੱਤੇ। ਕਹਿੰਦੇ ਅਗਲੀ ਵਾਰੀ 85 ਤੋਂ ਬਾਅਦ ਜਦੋਂ
ਮੇਰੇ